ਕੀ ਹਾਲ ਚਾਲ ਆ ਮੁੰਡਿਓ ਤੁਹਾਡਾ ਸਾਰਿਆਂ ਦਾ ਲੈਣ ਦੀ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤੇ ਮੁੰਡਿਓ ਅੱਜ ਦੀ ਵੀਡੀਓ ਦੇ ਵਿੱਚ ਖੇਡਣ ਜਾ ਰਹੇ ਹਾਂ ਆਪਾਂ FS22 ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ ਹੋ ਤੇ ਮੁੰਡੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਯਾਰ ਆਪਣਾ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਜਿਹਨੂੰ ਕਿ ਆਪਾਂ ਕਿਸਾਨ ਅੰਦੋਲਨ ਕਹਿ ਦਿੰਦੇ ਹਾਂ ਤੇ ਲਾਈਕ ਅਗਲੀ ਜਿਵੇਂ ਪਿਛਲੀ ਵਾਰ ਲੱਗਾ ਸੀਗਾ ਉਵੇਂ ਇਸ ਵਾਰ ਵੀ ਲੱਗਾ ਆ ਤੇ ਐਤਕੀ ਫਿਰ ਆਪਾਂ ਵੀ ਆਪਣਾ ਟਰੈਕਟਰ ਲੈ ਕੇ ਜਾ ਰਹੇ ਹਾਂ ਮੁੰਡੇ ਦੇਖੋ ਆਪਣਾ HMT 6611 ਆਪਾਂ ਧੋ ਤਾ ਗਏ ਐਂ ਪੂਰਾ ਸੈੱਟ ਕਰ ਲਿਆ ਅਤੇ ਬਾਕੀ ਤੁਸੀਂ ਦੇਖ ਲਓ ਆਹ ਬੰਦਾ ਵੀ ਕਹਿੰਦਾ ਦੇਖੀ ਜਾਂਦਾ ਉਦੋਂ ਦਾ ਕਿ ਟਰੈਕਟਰ ਨੂੰ ਬੜਾ ਸਾਫ਼ ਅੱਜ ਚਮਕਾਇਆ ਪਿਆ ਅਤੇ ਅੱਜ ਲੈ ਕੇ ਕਿੱਥੇ ਚੱਲੇ ਹੋ ਬਾਈ ਅੱਜ ਲੈ ਕੇ ਚੱਲੇ ਹਾਂ ਇਹਨੂੰ ਕਿਸਾਨ ਅੰਦੋਲਨ 'ਤੇ ਅਤੇ ਪਹਿਲੀ ਗੱਲ ਆ ਮੁੰਡੇ ਉਹ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਤੇ ਅੱਜ ਆਪਾਂ ਟਰਾਲੀ ਤਾਂ ਨਹੀਂ ਲੈ ਕੇ ਚੱਲੇ ਆਪਾਂ ਟਿੱਲਰ ਲੈ ਕੇ ਚੱਲੇ ਹਾਂ ਮੁੰਡਿਓ ਕਿਉਂਕਿ ਜਿੱਥੇ ਮਤਲਬ ਕਿ ਆਪਣਾ ਧਰਨਾ ਲੱਗਾ ਹੋਇਆ ਨਾ ਮੁੰਡਿਓ ਉੱਥੇ ਆਪਾਂ ਥੋੜ੍ਹੀ ਜਿਹੀ ਥਾਂ ਆਪਣੀ ਖਾਲੀ ਜੀ ਕਰਾਉਣੀ ਆ ਇਸ ਕਰਕੇ ਆਪਾਂ ਟਿੱਲਰ ਲੈ ਕੇ ਚੱਲੇ ਹਾਂ ਤਾਂ ਟਿੱਲਰ ਨਾ ਮੁੰਡਿਓ ਜਿਵੇਂ ਬੈਰੀਗੇਡ ਬੂਰੀਗੇਡ ਹੁੰਦੇ ਆ ਉਹਨਾਂ ਨੂੰ ਵੀ ਆਪਣਾ ਖਿੱਚਣਾ ਆਸਾਨ ਹੋ ਜੂਗਾ ਅਤੇ ਮੈਂ ਤਾਂ ਕਰਕੇ ਆਪਣਾ HMT 6611 ਲੈ ਕੇ ਚੱਲੇ ਹਾਂ ਅਤੇ ਕਰੀਏ ਸਟਾਰਟ ਮੈਂ ਕੰਟਰੋਲਰ 'ਤੇ ਆ ਜਾ ਮਾੜਾ ਜਿਹਾ ਦੇਖੋ ਮੁੰਡਿਓ ਲੱਗਦਾ ਨਾ ਵਧੀਆ ਧਾਕੜ ਪੂਰਾ ਓਏ ਦੇਖੀ ਦੇਖੀ ਬਈ ਥੱਲੇ ਨਾ ਜੀ ਆਪਾਂ ਟਰੈਕਟਰ ਲੈ ਕੇ ਤੁਰ ਚੱਲੇ ਹਾਂ ਮੁੰਡਿਓ ਅਤੇ ਦੇਖ ਲਓ ਉਹ ਵੀ ਟੁਰ ਗਿਆ ਉਹ ਕਹਿੰਦਾ ਹੁਣ ਤਾਂ ਚੱਲੇ ਹਾਂ ਮੈਂ ਵੀ ਕੀ ਕਰੂੰਗਾ ਇੱਥੇ ਅਤੇ ਇੱਥੋਂ ਚੱਲੀਏ ਹੈ ਨਾ ਇੱਥੋਂ ਨਿਕਲ ਜੂਗਾ ਬਈ ਇਹ ਬਈ ਇੱਥੋਂ ਤਾਂ ਨਿਕਲਣਾ ਨਹੀਂ ਇਹ ਪਿਛਲੇ ਵਾਲੇ ਪਾਸੇ ਘੁੰਮਾ ਕੇ ਲੈ ਆਉਂਦੇ ਹਾਂ ਅਤੇ ਮੁੰਡਿਓ ਹਾਈਵੇ ਆ ਨਾ ਜਿਹੜਾ ਉੱਥੇ ਲੱਗਾ ਹੋਇਆ ਜਾਮ ਅਤੇ ਅੱਜ ਆਪਾਂ ਉੱਥੇ ਹੀ ਚੱਲੇ ਹਾਂ ਅਤੇ ਆਹ ਦੇਖੋ ਫੇਰ ਆ ਗਿਆ ਚਲੋ ਇੱਥੋਂ ਪਤਾ ਨਹੀਂ ਨਿਕਲ ਜੂਗਾ ਇੱਥੋਂ ਤਾਂ ਇੰਨਾ ਕੁ ਤਾਂ ਹੈਗਾ ਆ ਉਹ ਚਲੋ ਇੱਥੋਂ ਕੱਢ ਦਈਏ ਮਾੜਾ ਜਿਹਾ ਇੱਕ ਵਾਰੀ ਟਰੈਕਟਰ ਨਿਕਲ ਗਿਆ ਨਾ ਫਿਰ ਤਾਂ ਆਪਾਂ ਟਰੈਕਟਰ ਭਜਾਉਂਦੇ ਹੀ ਲੈ ਕੇ ਜਾਂਦੇ ਹਾਂ ਤੁਹਾਨੂੰ ਵੀ ਪਤਾ ਹੈ ਨਾ ਬਈ ਕਰ ਲਓ ਮੁੰਡਿਓ ਚੈੱਕ ਦੇਖੋ ਬਈ ਅਤੇ ਆਲਰੇਡੀ ਮਿੱਤਰੋ ਆਪਣਾ ਨਾ ਜਿਹੜੀ ਜੀਪ ਆ ਆਪਣੀ ਜਿਹੜੀ ਕਰੂਜ਼ਰ ਜੀਪ ਆ ਲਾਈਕ ਪਿੱਕਾ ਉਹ ਆਪਣਾ ਪਹੁੰਚ ਗਿਆ ਆ ਉਹ ਮੈਂ ਕੱਲ੍ਹ ਨੂੰ ਗਿਆ ਸੀਗਾ ਮਤਲਬ ਕੱਲ੍ਹ 13 ਤਰੀਕ ਸੀਗੀ ਨਾ ਅੱਜ 14 ਆ ਅਤੇ ਅੱਜ ਆਪਾਂ ਉੱਥੇ ਚੱਲੇ ਹਾਂ ਅਤੇ ਆਪਣਾ ਕੱਲ੍ਹ ਆਪਾਂ ਪਿੱਕਾ ਲੈ ਕੇ ਪੜ ਗਏ ਸੀਗੇ ਅਤੇ ਅੱਜ ਆਪਾਂ ਆਹ ਲੈ ਕੇ ਜਾਣਾ ਅਤੇ ਬਈ ਇੱਧਰੋਂ ਤਾਂ ਸੱਚ ਜਾਣਾ ਨਹੀਂ ਹੈ ਨਾ ਨਹੀਂ ਟੁਰਜੂਗਾ ਪੜ ਜੂਗਾ ਦੇਖੋ ਮੁੰਡਿਓ ਆਪਣੇ ਟਰੈਕਟਰ ਖਲੋਤੇ ਹੋਏ ਆ ਪੁਲ ਦੇ ਉੱਤੇ ਅਤੇ ਆਪਾਂ ਇੱਧਰੋਂ ਹੀ ਜਾਣਾ ਉਹ ਦੇਖੋ ਮੁੰਡਿਓ ਤੁਹਾਨੂੰ ਜਾ ਕੇ ਮੈਂ ਉੱਤੇ ਦਿਖਾਉਂਦਾ ਵਾਂ ਅਤੇ ਉੱਥੇ ਆਪਾਂ ਜਿਹੜੀ ਜੀਪ ਆ ਨਾ ਉਹਦੇ ਵਿੱਚ ਆਪਾਂ ਪਹਿਲਾਂ ਤੋਂ ਹੀ ਆਪਣੇ ਟੋਚਨ ਵਾਲੇ ਡੰਡੇ ਲੈ ਲਏ ਆ ਅਤੇ ਨਾਲੇ ਟੋਚਨ ਵਾਲੇ ਜਿਹੜਾ ਸੰਗਲ ਸੁੰਗਲ ਨਹੀਂ ਹੁੰਦੇ ਉਹ ਵੀ ਆਪਾਂ ਚੱਕ ਲਏ ਆ ਅਤੇ ਡੰਡੇ ਟੋਚਨ ਵਾਲੇ ਤਾਂ ਲਏ ਆ ਕਿਉਂਕਿ ਨਾ ਯਾਰ ਕਈ ਵਾਰੀ ਸੰਗਲ ਟੁੱਟ ਜਾਂਦਾ ਆ ਹੈ ਨਾ ਅਤੇ ਤਾਂ ਕਰਕੇ ਆਪਾਂ ਜਿਹੜੇ ਉਹ ਡੰਡੇ ਜਿਹੇ ਨਹੀਂ ਹੁੰਦੇ ਜਿਵੇਂ ਟੋਹ ਵਾਲੇ ਉਹ ਚੱਕ ਲਏ ਆ ਆਪਾਂ ਦੇਖਿਓ ਬਾਕੀ ਤੁਸੀਂ ਉਹ ਦੇਖੀ 8-11 ਅਤੇ ਮੁੰਡੇ ਦੇਖਦੇ ਹਾਂ ਬਾਕੀ ਮੈਂ ਕੱਲ੍ਹ ਗਿਆ ਸੀਗਾ ਕੱਲ੍ਹ ਤੱਕ ਵਾਹਵਾ ਫੋਰਸ ਜੀ ਸੀਗੀ ਅਤੇ ਅੱਜ ਬਾਕੀ ਦੇਖਦੇ ਹਾਂ ਯਾਰ ਕੀ ਬਣੂਗਾ ਹੈ ਨਾ ਕਰੋ ਮੁੰਡੇ ਉਹ ਚੈੱਕ ਦੇਖੋ ਜਾਂਦਾ ਛੂਗਦਾ ਆਪਣਾ ਟਰੈਕਟਰ ਅਤੇ ਮੈਨੂੰ ਲੱਗਦਾ ਆਪਾਂ ਨੂੰ ਟਿੱਲਰ ਯਾਰ ਲਾਹਣਾ ਪਊਗਾ ਕਿਤੇ ਨਾ ਕਿਤੇ ਟਿੱਲਰ ਨਾ ਜਾਣਾ ਤਾਂ ਨਹੀਂ ਟਰੈਕਟਰ ਇੱਥੋਂ ਤਾਂ ਟੁੱਟ ਜੂਗਾ ਨਹੀਂ ਜਾਣਾ ਯਾਰ ਨਹੀਂ ਜਾਣਾ ਟਰੈਕਟਰ ਨਹੀਂ ਜਾਣਾ ਟਿੱਲਰ ਤਾਂ ਲਾਉਣਾ ਹੀ ਪਊਗਾ ਬਾਈ ਟਿੱਲਰ ਫਿਰ ਬਾਈ ਇਹ ਸਾਈਡ 'ਤੇ ਲਾ ਦਿੰਦੇ ਹਾਂ ਇੱਧਰ ਕਿਸੇ ਨੂੰ ਆਉਣ ਜਾਣ ਵਾਲੇ ਨੂੰ ਵੀ ਦਿੱਕਤ ਨਾ ਹੋਵੇ ਸਹੀ ਹੈ ਉਹ ਇੰਨਾ ਵੀ ਨਹੀਂ ਪਿੱਛੇ ਲਾਉਣਾ ਇੱਥੇ ਕਰਕੇ ਲਾ ਦਿੰਦੇ ਹਾਂ ਬਾਈ ਜਿਹਦੇ ਕਰਕੇ ਪਤਾ ਕੀ ਹੋਊਗਾ ਯਾਰ ਮਤਲਬ ਕਿ ਆਉਣ ਜਾਣ ਵਾਲੇ ਨੂੰ ਵੀ ਦਿੱਕਤ ਨਾ ਹੋਊਗੀ ਅਤੇ ਆਪਾਂ ਵੀ ਜਾਂਦੇ ਵਾਰੀ ਚੁੱਕ ਕੇ ਲੈ ਜਾਵਾਂਗੇ ਦੇਖੋ ਮੁੰਡਿਓ ਆਪਾਂ ਇੱਥੇ ਟਰੈਕਟਰ ਆਪਣੇ ਕਿਸਾਨਾਂ ਦੇ ਆਏ ਹੋਏ ਆ ਜਿਨ੍ਹਾਂ ਨੇ ਵਿੱਚ ਪੱਥਰ ਰੱਖੇ ਹੋਏ ਆ ਵੀ ਜਿਵੇਂ ਆਪਾਂ ਜਿਵੇਂ ਲਾ ਲਓ ਕਿ ਉਹਨਾਂ ਨੇ ਬੈਰੀਗੇਡ ਰੱਖੇ ਹੋਏ ਆਪਾਂ ਨੂੰ ਸਾਈਡ ਤੋਂ ਟਰੈਕਟਰ ਕੱਢਣਾ ਪਏ ਅਤੇ ਆਪਾਂ ਆਰਾਮ ਨਾਲ ਕੱਢ ਲਈਏ ਅਤੇ ਅਗਲੇ ਨੇ ਦੇਖੋ ਬਈ ਆਹ ਦੇਖੋ ਮੁੰਡੇ ਤੁਸੀਂ ਚੈੱਕ ਕਰੋ ਯਾਰ ਬੈਰੀਗੇਡ ਹੀ ਧਰ ਲਿਆ ਬਈ ਮੁੰਡਾ ਦੇਖੋ ਯਾਰ ਕਿਸਾਨ ਏਕਤਾ ਜ਼ਿੰਦਾਬਾਦ ਲਿਖਿਆ ਹੋਇਆ ਇਹਦੇ ਟਰੈਕਟਰ 'ਤੇ ਅਤੇ ਕਰੋ ਮੁੰਡੇ ਉਹ ਚੈੱਕ ਪੂਰੇ ਬੈਰੀਗੇਡ ਹੀ ਪਿੱਛੇ ਧਰ ਲਿਆ ਇਹਦਾ ਅਤੇ ਅਗਲੇ ਬਾਈ ਇਹਨੇ ਅਗਲੇ ਬਾਈ ਨੇ ਕੀ ਰੱਖਿਆ ਹੋਇਆ ਮਿੱਟੀ ਰੱਖੀ ਹੋਈ ਆ ਵੀ ਜਿਵੇਂ ਅੱਗੇ ਮਤਲਬ ਕਿ ਜਿਵੇਂ ਬੈਰੀਗੇਡ ਲੱਗੇ ਹੋਏ ਆ ਅਤੇ ਥੱਲੇ ਤਾਰਨਾ ਪਏ ਟਰੈਕਟਰ ਸਾਈਡ ਤੋਂ ਅਤੇ ਜੇ ਬੈਰੀਗੇਡ ਨਾ ਸਾਈਡ ਹੋਣ ਅਤੇ ਤਾਂ ਕਰਕੇ ਆਪਾਂ ਮਿੱਟੀ ਪਾ ਕੇ ਸਾਈਡ ਤੋਂ ਦੀ ਕੱਢ ਦਈਏ ਟਰੈਕਟਰ ਅਤੇ ਆਹ ਦੇਖੋ ਮੁੰਡੇ ਆਪਣੀ ਜਿਹੜੀ ਜੀਪ ਆ ਕਰੂਜ਼ਰ ਆਈ ਹੋਈ ਆ ਅਤੇ ਇਹਦੇ ਪਿੱਛੇ ਆਪਾਂ ਰੱਖੇ ਹੋਏ ਆ ਬਈ ਟੋਹ ਵਾਲੇ ਡੰਡੇ ਅਤੇ ਕਰੋ ਮੁੰਡੇ ਉਹ ਚੈੱਕ ਅਤੇ ਸਭ ਤੋਂ ਪਹਿਲਾਂ ਮੇਰੀ ਸਲਾਹ ਆ ਕਿ ਅੱਗੇ ਚੱਲੀਏ ਟਰੈਕਟਰ ਲੈ ਕੇ ਅਤੇ ਟਰੈਕਟਰ ਅੱਗੇ ਲੈ ਕੇ ਚੱਲਦੇ ਹਾਂ ਇੱਕ ਵਾਰੀ ਵੇ ਦੇਖ ਕੇ ਆਉਂਦੇ ਹਾਂ ਹੈ ਨਾ ਟਰੈਕਟਰ ਕਰੀਏ ਮੁੰਡੇ ਉਹ ਸਟਾਰਟ ਦੇਖੀ ਕੀ ਬਣਦਾ ਉੱਥੇ ਕਰੋ ਮੁੰਡੇ ਉਹ ਚੈੱਕ ਤੁਸੀਂ
ਓ ਦੇਖੀ 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 ਮੇਰੇ ਡਿਵਾਈਡਰ ਤੇ ਚੜ ਗਿਆ ਹੈਗਾ ਕਰੋ ਮੁੰਡੇ ਚੈੱਕ ਇਹਨਾਂ ਤੇ ਵਾਹ ਬੈਰੀਕੇਡ ਬੂਰੀਕੇਡ ਲਾਏ ਹੋਏ ਆ ਮੁੰਡੇ ਜੀਪਾਂ ਜੂਪਾਂ ਖੜੀਆਂ ਹੋਈਆਂ ਆ ਕਰ ਲਓ ਮੁੰਡੇ ਚੈੱਕ ਤੁਸੀਂ ਯਾਰ ਇੱਥੋਂ ਕਿਵੇਂ ਕੱਢ ਸਕੀਏ ਇਹ ਤਾਂ ਚੱਕਰ ਪੈ ਗਿਆ ਉਹਨਾਂ ਨੇ ਦੇਖੋ ਯਾਰ ਮੈਂ ਤੁਹਾਨੂੰ ਦਿਖਾ ਕੇ ਲਿਆਉਣਾ ਹੁਣ ਤਾਂ ਪੁਲਿਸ ਵਾਲੇ ਨਹੀਂ ਹੈਗੇ ਨਹੀਂ ਤਾਂ ਉਹਨਾਂ ਅੱਗੇ ਨਹੀਂ ਸੀ ਜਾਣ ਦੇਣਾ ਅਤੇ ਕਰੋ ਮੁੰਡੇ ਚੈੱਕ ਇਹਨਾਂ ਬਿਲਕੁਲ ਜਿੱਥੇ ਜਾਲੀ ਹੈ ਨਾ ਬਾਈ ਉੱਥੇ ਜੀਪਾਂ ਲਾਈਆਂ ਆ ਨਹੀਂ ਤਾਂ ਆਪਾਂ ਟਰੈਕਟਰ ਬਾਈ ਇੱਥੋਂ ਵੀ ਕੱਢ ਦੇਣਾ ਸੀਗਾ ਜਾਂ ਤਾਂ ਫਿਰ ਬਾਈ ਮੇਰੀ ਇੱਕ ਸਲਾਹ ਆ ਅਤੇ ਦੇਖੋ ਬਈ ਮੁੰਡਿਓ ਕਰੋ ਚੈੱਕ ਅਤੇ ਮੇਰੀ ਸਲਾਹ ਆ ਕਿ ਇੱਧਰੋਂ ਇੱਕ ਵਾਰੀ ਟਰੈਕਟਰ ਦੇਖੀਏ ਜੇ ਤਾਂ ਇਹਨਾਂ ਨੂੰ ਬੈਰੀਗੇਟਾਂ ਨੂੰ ਸਾਈਡ ਕਰਦਾ ਹੋਇਆ ਅਤੇ ਦੇਖ ਲੈਂਦੇ ਹਾਂ ਟਰੈਕਟਰ ਯਾਰ ਇਹਦੇ 'ਤੇ ਚੜ੍ਹ ਜਾਂਦਾ ਰੈਲਿੰਗ ਜੀ ਅਤੇ ਇਹਦਾ ਕੀ ਕਰੀਏ ਦੇਖੀਏ ਮਾੜਾ ਜਿਹਾ ਇੱਕ ਲਾਜ ਕੇ ਸਾਈਡ ਤਾਂ ਹੋਈ ਜਾਂਦੇ ਆ ਯਾਰ ਹੈ ਨਾ ਐਵੇਂ ਕਰਨੇ ਪੈਣੇ ਆ ਬਈ ਇਹ ਤਾਂ ਫਿਰ ਐਵੇਂ ਐਵੇਂ ਸਾਈਡ ਕਰ ਜਾਂਦੇ ਆ ਮਾੜਾ ਮਾੜਾ ਜਿਹਾ ਕਿਉਂਕਿ ਹੁਣ ਤਾਂ ਬਈ ਪੁਲਿਸ ਤੁਰ ਗਈ ਆ ਇੱਥੋਂ ਹੈ ਨਾ ਅਤੇ ਤਾਂ ਕਰਕੇ ਐਵੇਂ ਐਵੇਂ ਕਰ ਦਈਏ ਚੈੱਕ ਕਰੋ ਫਿਰ ਮੁੰਡੇ ਹੋ ਬਈ ਤੁਸੀਂ ਦੇਖੋ ਬਾਕੀ ਹੈ ਨਾ ਲੱਗਦਾ ਨਾ ਧਾਕੜ ਅਤੇ ਮੈਂ ਟਿਕਟਰ ਟੁਕਟਰ ਮਾੜੇ ਜਿਹੇ ਅੱਗੇ ਸਾਧਣਾ ਯਾਰ ਉਹ ਵਾਲੇ ਹਾਂ ਅਤੇ ਕਰੋ ਮੁੰਡੇ ਉਹ ਚੈੱਕ ਦੇਖੋ ਯਾਰ ਆਪਣਾ ਟਿਕਟਰ ਆਪਾਂ ਲੈਂਦੇ ਆਪਣੇ ਸਾਰੇ ਟਿਕਟਰ ਲੈਂਦੇ ਆ ਅਤੇ ਹੁਣ ਮੁੰਡੇ ਉਹ ਆਪਾਂ ਕਰਨਾ ਆ ਕੰਮ ਬੈਰੀਗੇਡਾਂ ਦਾ ਬੈਰੀਗੇਡਾਂ ਨੂੰ ਆਪਾਂ ਕਿਵੇਂ ਕੱਢੀਏ ਯਾਰ ਇਹ ਮੈਨੂੰ ਸਮਝ ਲੱਗ ਰਹੀ ਅਤੇ ਬੈਰੀਗੇਡ ਦੀ ਮੇਰੀ ਤਾਂ ਸਲਾਹ ਹੈਗੀ ਆ ਬਈ ਅਤੇ ਐਵੇਂ ਧੱਕਾ ਜਿਵੇਂ ਅੱਗੇ ਕਰ ਰਹੇ ਸੀਗੇ ਨਾ ਬਈ ਉਵੇਂ ਮਾੜਾ ਜਿਹਾ ਸਾਈਡ ਸਾਈਡ 'ਤੇ ਕਰ ਲਈਏ ਦੇਖਿਓ ਐਵੇਂ ਹੀ ਕਰਨੇ ਪੈਣੇ ਆ ਬਈ ਫਿਰ ਬਸ ਇਹਨਾਂ ਨੂੰ ਹੁਣ ਟਰਾਲੀ 'ਚ ਰੱਖ ਲਈਏ ਹੈ ਨਾ ਖੜ ਜਾਓ ਇਹਨਾਂ ਨੂੰ ਆਪਾਂ ਟਰਾਲੀ 'ਚ ਰੱਖ ਹੁੰਦੇ ਹਾਂ ਟਰਾਲੀ ਵੀ ਵਿਚਾਰੀ ਫੁੱਲ ਹੋ ਗਈ ਉਹ ਖੜ ਜਾ ਯਾਰ ਇਹਨੂੰ ਕਰਨ ਦੇ ਆਪਾਂ ਲਓ ਬਾਈ ਟਰਾਲੀ ਦੇ ਉੱਤੇ ਜਿੰਨੇ ਵੀ ਆਉਣਗੇ ਇੱਕ ਦੋ ਹੋਰ ਆ ਜਾਏਗਾ ਉਹ ਵੀ ਧਾਰ ਲੈਂਦੇ ਹਾਂ ਨਹੀਂ ਤਾਂ ਬਈ ਆਪਾਂ ਇੱਕ ਹੋਰ ਕੰਮ ਕਰਦੇ ਹਾਂ ਗੱਡੀ ਅੱਗੇ ਲੈ ਆਉਂਦੇ ਹਾਂ ਹੈ ਨਾ ਗੱਡੀ ਅੱਗੇ ਲੈ ਗਏ ਲੈ ਆਉਂਦੇ ਹਾਂ ਅਤੇ ਆਪਣਾ ਜਿਹੜੇ ਇਹਦੇ 'ਚ ਟੋਬਾਰ ਪਏ ਆ ਨਾ ਉਹਨਾਂ ਨੂੰ ਆਪਾਂ ਕੱਢ ਲੈਂਦੇ ਹਾਂ ਦੇਖੋ ਹੁਣ ਇੱਕ ਵਾਰੀ ਮੈਂ ਆਹ ਖੋਲ੍ਹਦਾ ਇਹਨਾਂ ਦੀਆਂ ਬੈਲਟਾਂ ਜੀਆਂ ਅਤੇ ਆਹ ਚੱਕ ਲਈਏ ਆਪਾਂ ਦੋਵੇਂ ਬਾਹਰ ਕੱਢ ਕੇ ਰੱਖ ਲਈਏ ਇੱਥੇ ਇਹ ਤਾਂ ਆਪਾਂ ਜਾਂਦੇ ਵਕਤ ਚੱਕ ਲਾਂਗੇ ਪਹਿਲਾਂ ਬੈਰੀਗੇਡ ਰੱਖੀਏ ਗੱਡੀ ਦੇ ਵਿੱਚ ਆ ਗਿਆ ਬੈਰੀਗੇਡ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਚੱਲ ਬਈ ਮਿੱਤਰਾ ਛੇਤੀ ਛੇਤੀ ਬੈਰੀਗੇਡ ਰਖਾਈਏ ਆਪਾਂ ਗੱਡੀ ਦੇ ਵਿੱਚ ਕਰੋ ਮੁੰਡੇ ਚੈੱਕ ਆਪਾਂ ਬੈਰੀਗੇਡ ਸਾਰੇ ਧਾਰ ਲੈਣੇ ਆ ਮੈਨੂੰ ਤਾਂ ਲੱਗਦਾ ਪਿਆ ਜਿੱਥੋਂ ਤੱਕ ਇੱਕ ਦੋ ਉਹਦੇ ਮਿੱਟੀ ਦੇ ਟਰਾਲੀ ਦੇ ਉੱਤੇ ਧਾਰ ਲੈਂਦੇ ਹਾਂ ਹੈ ਨਾ ਫਿਰ ਕੰਮ ਆਪਣਾ ਸੈੱਟ ਜਿਹਾ ਹੋ ਜੂਗਾ ਬਸ ਦੋ ਬੈਰੀਗੇਡ ਹੋਰ ਰਹਿ ਗਏ ਉਹ ਵੀ ਚੱਕ ਕੇ ਧਾਰ ਲੈਂਦੇ ਹਾਂ ਕਿਸੇ ਨਾ ਕਿਸੇ ਗੱਡੀ ਗੁੱਡੀ ਦੇ ਵਿੱਚ ਜਾਂ ਇਹਦੇ 'ਚ ਹੀ ਆ ਜਾਣਗੇ ਨਹੀਂ ਇਹਦੇ 'ਚ ਤਾਂ ਨਹੀਂ ਆਉਂਦੇ ਬਈ ਇਹ ਤਾਂ ਬਾਹਲੀ ਫੁੱਲ ਹੋ ਗਈ ਇੱਥੇ ਧਾਰ ਲਈਏ ਇੱਕ ਹੋਰ ਆ ਹੀ ਆਊਗਾ ਪਰ ਵੱਡਾ ਬੈਰੀਗੇਡ ਆ ਯਾਰ ਇਹ ਤਾਂ ਚਲੋ ਇੱਥੇ ਧਾਰ ਲੈਂਦੇ ਹਾਂ ਅਤੇ ਉਹ ਪਾੜ ਦਿੰਦੇ ਹਾਂ ਬਈ ਬੈਲਟਾਂ ਲਵਾ ਦਿੰਦੇ ਹਾਂ ਬੈਲਟਾਂ ਲੱਗ ਗਈਆਂ ਮੁੰਡੇ ਦੇਖੋ ਯਾਰ ਕਿਵੇਂ ਭਰ ਲਈਏ ਆਪਾਂ ਆਪਣੀ ਜੀਪ ਵੀ ਅਤੇ ਹੁਣ ਬਈ ਆਪਾਂ ਪਾਈਏ ਟੋਚਣ ਅਤੇ ਜੀਪਾਂ ਨੂੰ ਸਾਈਡ ਕਰੀਏ ਕਿਉਂਕਿ ਬਈ ਆਪਣੇ ਕੋਲ ਹੈਗੀ ਨਹੀਂ ਚਾਬੀ ਅਤੇ ਚਾਬੀ ਆਪਣੇ ਕੋਲ ਹੈ ਨਹੀਂ ਅਤੇ ਚਾਬੀ ਤੋਂ ਬਿਨਾਂ ਆਪਾਂ ਕੁਛ ਕਰ ਨਹੀਂ ਸਕਦੇ ਹੈਗੇ ਅਤੇ ਉਹ ਦੇਖੀ ਯਾਰ ਉਹ ਡੰਡਾ ਰਿੜ ਗਿਆ ਚਲੋ ਕਰੋ ਮੁੰਡੇ ਚੈੱਕ ਇੱਥੇ ਰੱਖ ਦਈਏ ਬਸ ਇਹਨੂੰ ਚੱਕ 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 ਲਾ ਚੱਲ ਮੁੰਡਿਆ ਹੁਣ ਬਈ ਆਪਾਂ ਟਰਾਲੀ ਇਹਨਾਂ ਦੇ ਪਿੱਛੇ ਲੈ ਕੇ ਚੱਲੀਏ ਜੀਪਾਂ ਦੇ ਟਰੈਕਟਰ ਨੂੰ ਹੈ ਨਾ ਜੀਪਾਂ ਦੇ ਪਿੱਛੇ ਲੈ ਕੇ ਜਾਈਏ ਟਰੈਕਟਰਾਂ ਨੂੰ ਹੈ ਨਾ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚਲੋ ਮੁੰਡੇ ਸ਼ੁਕਰ ਚੜ੍ਹ ਗਿਆ ਬਸ ਹੁਣ ਪਾਲੀਏ ਆਪਾਂ ਟੋਚਣ ਅਤੇ ਹੁਣ ਆਪਾਂ ਬਾਈ ਜੀਪ ਨੂੰ ਉਹ ਜੀਪ ਦੂਜੀ ਜੀਪ ਦੇ ਵੀ ਅੜ ਗਈ ਚਲੋ ਕੋਈ ਗੱਲ ਨਹੀਂ ਹੁਣ ਤਾਂ ਸਿੱਧੀ ਕਰ ਦਿੰਦੇ ਹਾਂ ਲਓ ਬਈ ਮੁੰਡਿਓ ਇਹ ਜੀਪ ਨੂੰ ਬਾਈ ਆਪਾਂ ਪਹਿਲਾਂ ਸਾਈਡ 'ਤੇ ਸੱਟ ਕੇ ਆਈਏ ਇਹ ਜੀਪਾਂ ਨੇ ਬਹੁਤ ਦੁਖੀ ਕੀਤਾ ਹੋਇਆ ਆਪਾਂ ਨੂੰ ਵੈਸੇ ਮੁੰਡਿਓ ਆਪਾਂ ਨੇ ਇੱਕ ਹੀ ਜੀਪ ਕਰਨੀ ਆ ਹੈ ਨਾ ਬਾਕੀ ਟਰੈਕਟਰ ਟੁੱਟਰ ਤਾਂ ਆਪਣੇ ਲੰਘ ਹੀ ਆਉਣਗੇ ਕਿ ਨਹੀਂ
ट्रैक्टर तो भाई अपने लंघ हो गए, आप ट्रैक्टर साइड पर आ वाल ला लीए है ना, सही है ना। लो बई मुंडे बैरीकेड, बस अपना कोई डिग डुग ना जाए, मैं तो वह चक्कर वह भाई डिग पे, एक बैरीकेड डिग पे यार, अपना दो डिग पे यार, दोवे चक के उत्ते धरीए यार एक करी का। लो बई मुंडे धर ले सारे सारे बैरीकेट, तो हूँ चलीए करी जिथे अपना बई धरना लग गया होया है ना, धरने तो लैके चलीए बई आप अपने सारे दे सारे ट्रैक्टर, हम ना कोई डिग पवे यार, क्योंकि बई अपने को है नहीं बेल्ट, जिड़ी अपने गड्डी दे लगी हुई है ना वो बेल्ट नहीं हैगी अपने को, या फिर आप कम कर दे एक गड्डी की ला लेंगे। चलो कोई गल नहीं, हूँ तो आई गए अपन जिथे धरना लगा हुआ अपना, तो आ कि मैं खुलूगा, आ खिलवाना पूगा भाई एक सैकंड, मैं खिलवा दिया लोग मुंडे, आप खिलवा दा अपना गेट करो मुंडे, चेक हूँ ट्रालियां लाइए भाई इधर वाले पास, तो टेंट टूंट भी अच्छ बई ला देंगे है ना, मतलब रहन सहन लिये थोड़ा बहुत अपना साधन बना लवेंगे आप, करो चेक बाकी तुसी इत्थे ला दी अपना ट्रैक्टर बैरीगेटा वाला, सही है ना। तो हूँ बई अपना लियाइए अपना कि ट्रैक्टर है, ये रोड़े वाला ट्रैक्टर, मतलब स्टोन वाला ट्रैक्टर आ गया अपना हमने, तो स्टोन आपू कल लोड पेगी जो आप दूजे हाईवे पर जाना है ना, अज तो आप इत अपना वाहवा दूर आ गए हैं, शाम हो चुकी है, तुम देख ही सकते हो, तो हूँ आप अगे जा भी नहीं सकते क्योंकि फिर आप रात हो जूगी, तो रात आप किसी हाईवे पर यार किमें गुजारा, सो आप थोड़ा यही अपना प्लैन आ कि सारिया का कि आप इतने रुकीए कि मुंडे चलते हैं जिथे अपना धरना लग्या होया है ना, उ खड़ा करिए अपना ट्रैक्टर ये भी, बाकी झंडे झुंडे देख लो मुंडे अपने ट्रैक्टर के लगे हुए हैं, ये ट्रालियां ट्रूलियां बैरीकेड पूरी हेठ वाले का कम अपन बाद ही कम आऊगा जो आप पूरे दिल्ली अपड़ गए है ना, तो अपनी जीप भी स्टार्ट कर लीए फिर मुंडे, बस एको ट्रैक्टर रह गया, जीप तो अपनी भजनी जानी आ, जीप का कहड़ा कोई चक्कर है ना, देखो यार किवें बैरीकेड लदे हुए हैं, जे भाई बैल्टा ना ना होंदिया तो जमा भी नहीं सी जाने, यदा मतलब कि स्पीड ही इन्नी आ भी मिनट च ढेक पैने से वो कितों ला दी, चल इतों ही ला दे फिर, हाँ सस्पेंशन तो अपनी जीप दे वधिया ही आ, चलो कोई चक्कर नहीं उधर नूं लाइए घुमा जी अपनी जीप नूं, लो भाई अपनी जीप भी आ गई है, चमटी चक लिया जी आप, पर डंडा तो यार आ पिया, चलो थोड़ी जी अगे करिए पहले ट्रैक्टर नूं, ये धर लिया जो धरिया गया तो ये उत्ते धर लें है ना, बाकी हम तो पुलिस वाले दीपा रह गई, वो अपना बाद च चक लिया, वो मिट्टी के वड़ गया भारा वाला सी, चलो कोई गल नहीं, देखो बी मुंडे हूँ तो उन्होंने दीपा चाबियां उन्होंने को अपना चक के लै जाएंगे जो उन्होंने जी कर, बाकी पंजवा हाई पालिया पर पंजे हाई के दबदा पाया ट्रैक्टर, हूँ वधू स्पीड, हूँ तो स्पीड वधूगी आप थले जाई जाने है ना ढाल च, तरीक तो स्पीड हो जूगी पैंती पैंती की हो गई मुंडे, बाकी इन्नी भी स्पीड तो नहीं मोड़ना कि काम ही खराब हो जाए, करो मुंडे चेक तुसी हूँ, आप इनू ट्राली नू सीधा ही लाइए है ना, एवें तो लाने का कोई फायदा नहीं, एवें ना पलट पुलट जाए, इतों आप इधरों ही ला लीए आराम लाथ, क्योंकि नाले शैड भी है कोई नहीं, आप बाद चो शैड शुड जहाँ देख लाँगे, जे नहीं तो जिन जे मतलब जिमें सलाह होगी उमें आप काम कर लाँगे अपना सारा, ये ट्रैक्टर आप उधर लाइए, देखो बाकी मुड़े अपना धरना ਕਿੱਡਾ ਵਧੀਆ ਤੇ
ਧਾਕੜ ਕੰਮ ਹੋ ਚੁੱਕਿਆ ਆ ਇੱਥੇ, ਬਸ ਹੁਣ ਖਾਣ ਪੀਣ ਦਾ ਪ੍ਰਬੰਧ ਹੋ ਰਿਹਾ ਤੇ ਰਾਤ ਦੇ ਖਾਣੇ ਪੀਣੇ ਦਾ, ਤੇ ਬਾਕੀ ਬਾਅਦ ਚ ਦੇਖਦੇ ਆ ਹਨਾ, ਕਰੋ ਮੁੰਡਿਓ ਚੈੱਕ ਦੇਖਿਓ ਬਈ ਕਿਵੇਂ ਲੱਗਾ ਹੋਇਆ ਆਪਣਾ ਧਰਨਾ, ਕਰੋ ਇੱਕ ਵਾਰੀ ਚੈੱਕ ਤੁਸੀਂ ਸਾਰੇ ਜਣੇ, ਦੇਖਿਓ ਯਾਰ ਬਾਹਲਾ ਧਾਕੜਾ। ਤੇ ਫਿਰ ਅੱਜ ਦੀ ਵੀਡੀਓ ਲਈ ਇੰਨਾ ਹੀ, ਮੈਨੂੰ ਲੱਗਦਾ ਕਿ ਅੱਜ ਦੀ ਵੀਡੀਓ ਕਾਫੀ ਲੰਬੀ ਹੋ ਚੁੱਕੀ ਆ, ਤੇ ਫਿਰ ਮਿਲਦੇ ਆ ਕਿਸੇ ਹੋਰ ਨਵੀਂ ਨੈਕਸਟ ਵੀਡੀਓ ਦੇ ਵਿੱਚ।